ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GDS Education ਦੇ ਵਿੱਚ ਦੋਸਤੋ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕੇ ਸਬਸਕ੍ਰਾਈਬ ਕਰੋ ਅਤੇ ਉਸਤੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸਤੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰੋ ਆਨ ਤਾਂ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਭ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਬਾਰੇ ਦੋਸਤੋ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਦੇਖਣਾ ਤਾਂ ਕਿ ਤੁਹਾਡੀ ਜੋ ਕੋਈ ਵੀ ਇਨਫੋਰਮੇਸ਼ਨ ਉਹ ਮਿਸ ਨਾ ਹੋ ਸਕੇ ਦੋਸਤੋ ਇਹ ਵੀਡੀਓ ਦੇ ਵਿੱਚ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਹੈ ਪੀਪੀਐਸਸੀ ਵੱਲੋਂ ਉਸ ਦੇ ਵਿੱਚ ਇਹਨਾਂ ਨੇ ਜੋ ਰਿਕਰੂਟਮੈਂਟ ਜਾਰੀ ਕੀਤੀਆਂ ਸੀ ਪਿਛਲੇ ਟਾਈਮ ਦੇ ਦਿਨਾਂ ਦੇ ਵਿੱਚ ਉਹਨਾਂ ਸੰਬੰਧੀ ਇਹ ਪਬਲਿਕ ਨੋਟਿਸ ਹੈ ਕੀ ਹੈ ਇਸ ਨੋਟਿਸ ਦੇ ਵਿੱਚ ਉਹ ਆਪਾਂ ਗੱਲ ਕਰਦੇ ਆਂ ਇਹਨਾਂ ਦੁਆਰਾ ਲਿਖਿਆ ਗਿਆ ਰਿਕਰੂਟਮੈਂਟ ਟੂ ਦੀ ਟੂ ਪੋਸਟਸ ਆਫ ਅਸਿਸਟੈਂਟ ਮਿਊਸਪਲ ਇੰਜੀਨੀਅਰ ਮੈਕੈਨੀਕਲ ਇਨ ਮਿਊਸਪਲ ਕਾਉਂਸਲ ਨਗਰ ਪੰਚਾਇਤ ਇਨ ਦੀ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਜੋ ਇਹ ਪੋਸਟਾਂ ਸੀਗੀਆਂ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਉਹਦੇ ਸਬੰਧੀ ਇਹ ਨੋਟਿਸ ਹੈ ਨੰਬਰ 1 ਤੇ ਲਿਖਿਆ ਹੈ ਇਹਨਾਂ ਨੇ ਇਟ ਇਜ਼ it is for the information of the candidates who had applied for the evid posts that a competitive written examination for the recruitment of these posts shall be on, held on 15 6 2021 tuesday at patiala from 11 am to 1 pm jehde vi candidates ne eh postaan jo fill kitiyan sigiyan inna da online form bharya siga onna da li eh information hai ਕਿ ਇਹ ਜੋ ਪੋਸਟਾਂ ਨੇ ਇਹਨਾਂ ਦਾ ਜੋ ਪੇਪਰ ਹੈ ਉਹ 5 6 2021 ਨੂੰ ਟਿਊ ਜੜੇ ਨੂੰ ਪਟਿਆਲਾ ਵਿਖੇ ਹੋਵੇਗਾ ਉਹਦਾ ਟਾਈਮ ਹੋਵੇਗਾ 11 AM ਤੋਂ 1 PM ਨੰਬਰ 2 ਤੇ ਜੋ ਪੁਆਇੰਟ ਹੈ ਉਹਦੇ ਵਿੱਚ ਇਹਨਾਂ ਨੇ ਲਿਖਿਆ ਲਿਸਟ ਆਫ ਪ੍ਰੋਵੀਜ਼ਨਰਲੀ ਐਲੀਜੀਬਲ ਕੈਂਡੀਡੇਟ ਫਾਰ ਦੀ ਇਵਡ ਐਗਜ਼ਾਮੀਨੇਸ਼ਨਸ ਹੈਜ਼ ਬੀਨ ਅਪਲੋਡਡ ਔਨ ਦੀ ਵੈਬਸਾਈਟ ਆਫ ਕਮਿਸ਼ਨ ਇਟ ਇਜ਼ ਫਰਦਰ ਇਨਫਾਰਮਡ ਥੈਟ Admit cards for the examination can be downloaded using the registration number and password on the link. Download, downloaded admit card available on the website of the commission ppsc.gov. ਦੋਸਤੋ ਜਿਹੜੇ ਵੀ ਕੈਂਡੀਡੇਟਸ ਨੇ ਇਹ ਜੋ ਪੋਸਟ ਆ ਰਿਕਰੂਟਮੈਂਟ ਆ ਇਹਦਾ ਜੋ ਆਨਲਾਈਨ ਫਾਰਮ ਫਿੱਲ ਕੀਤਾ ਸੀਗਾ ਉਹਨਾਂ ਦੀ ਲਿਸਟ ਵੀ ਤੁਹਾਨੂੰ ਜੋ ਪੀਪੀਐਸਸੀ ਦੀ ਵੈਬਸਾਈਟ ਹੈ ਜੋ ਪ੍ਰੀਵੀਜ਼ਨ ਵਾਲੀ ਲਿਸਟ ਹੈ ਮਤਲਬ ਜਿਹੜੇ ਕੈਂਡੀਡੇਟਸ ਨੇ ਜੋ ਡਾਕੂਮੈਂਟਸ ਦਿੱਗੇ ਐਪਲੀਕੇਸ਼ਨ ਫਾਰਮ ਜੋ ਆਨਲਾਈਨ ਅਪਲਾਈ ਕੀਤਾ ਸੀ ਉਹ ਬਿਲਕੁਲ ਸਹੀ ਹੈ ਉਹਨਾਂ ਦੀ ਵੀ ਇੱਕ ਲਿਸਟ ਅਪਲੋਡ ਕੀਤੀ ਗਿਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਜੋ ਇਸ ਦਾ ਐਡਮਿਟ ਕਾਰਡ ਆ ਉਹ ਤੁਸੀਂ 9 6 2021 ਨੂੰ ਪੀਪੀਐਸਸੀ ਦੀ ਜੋ ਵੈਬਸਾਈਟ ਹੈ ppsc.gov.in ਉਥੋਂ ਡਾਊਨਲੋਡ ਕਰ ਸਕਦੇ ਹੋ ਸੋ ਸਾਰੇ ਕੈਂਡੀਡੇਟ ਧਿਆਨ ਦੇ ਨਾਲ ਆਪਣਾ ਇਸ ਵੈਬਸਾਈਟ ਨੂੰ ਚੈੱਕ ਕਰਦੇ ਰਹਿਣ ਜਦ ਵੀ ਤੁਹਾਡਾ ਐਡਮਿਟ ਕਾਰਡ ਆਉਂਦਾ ਹੈ ਉਸ ਨੂੰ ਡਾਊਨਲੋਡ ਕਰੋ ਉਥੋਂ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਤੁਹਾਡੀ ਕਿਹੜਾ ਸਿਟੀ ਹੈ ਤੁਹਾਡਾ ਕਿਹੜਾ ਟਾਈਮਿੰਗ ਆ ਅਤੇ ਕਿਸ ਦਿਨ ਤੁਹਾਡਾ ਪੇਪਰ ਹੋ ਰਿਹਾ ਹੈਗਾ ਦੋਸਤੋ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਉਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉਸਦੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸ ਦੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰੋ ਆਨ ਤਾਂ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਭ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਜਦ ਤੁਹਾਡਾ ਕੋਈ ਵੀ ਡਾਊਟ ਜਾਂ ਕੁਐਸਚਨ ਹੈ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜਿੰਨਾ ਵੀ ਹੋ ਸਕੇ ਤੁਹਾਡੇ ਜੋ ਕਮੈਂਟ ਕਮੈਂਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਹਰ ਇੱਕ ਤੱਕ ਇਹ ਇਨਫਰਮੇਸ਼ਨ ਪਹੁੰਚ ਸਕੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ